ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ, ਅਤੇ ਅੱਜ ਜਿਹੜੀ ਵੀਡੀਓ ਨਾ ਵੱਧ ਤੋਂ ਵੱਧ ਸ਼ੇਅਰ ਕਰਿਓ, ਇਹ ਵੀਡੀਓ ਮਨੁੱਖਤਾ ਦੀ ਸੇਵਾ ਤੱਕ ਪਹੁੰਚ ਸਕੇ। ਵੀਰ ਮਿੰਟੂ ਜਿਹੜਾ ਸਾਡਾ ਬਹੁਤ ਸੇਵਾ ਕਰਦਾ ਆ, ਅਤੇ ਆਪਾਂ ਪਿੰਡ ਜਮਸ਼ੀਰ ਦੇ ਵਿੱਚ ਹੀ ਖੜ੍ਹੇ ਹਾਂ। ਅੱਜ ਇੱਕ ਐਸਾ ਘਰ ਲੱਭਾ ਆ ਜਿਸ ਘਰ ਦੇ ਵਿੱਚ ਨਾ ਕੋਈ ਲਾਈਟ ਆ, ਅੱਜ ਤੁਹਾਨੂੰ ਲੈ ਕੇ ਜਾਂਦੇ ਹਾਂ ਉਸ ਘਰ ਦੇ ਵਿੱਚ, ਨਾ ਕੋਈ ਲਾਈਟ ਆ ਨਾ ਕੋਈ ਪੱਖਾ ਆ। ਇੰਨੀ ਗਰਮੀ ਦੇ ਦਿਨਾਂ ਵਿੱਚ ਵੀ ਇੱਕ ਬਜ਼ੁਰਗ ਜਿਹੜਾ ਇਕੱਲਾ ਰਹਿੰਦਾ ਆ, ਅਤੇ ਘਰ ਦੇ ਹਾਲਾਤ ਤੁਹਾਨੂੰ ਦਿਖਾ ਦਿੰਦਾ। ਦੇਖੋ ਆਹ ਹਾਲਾਤ ਆ, ਬਹੁਤ ਜ਼ਿਆਦਾ ਬਦਬੂ ਆ ਰਹੀ ਆ। ਆਹ ਬਜ਼ੁਰਗ ਆ ਜੀ, ਅਤੇ ਚੱਲ ਫਿਰ ਨਹੀਂ ਸਕਦੇ, ਬਿਲਕੁਲ ਬੁਰੇ ਹਾਲਾਤ ਆ। ਬੇਨਤੀ ਆ ਮਿੰਟੂ ਬਾਈ ਨੂੰ, ਬਾਈ ਤੁਹਾਡੀ ਸੰਸਥਾ ਬਹੁਤ ਸੇਵਾ ਕਰਦੀ ਆ, ਜੇ ਹੋ ਸਕੋ ਤਾਂ ਇਸ ਬਜ਼ੁਰਗ ਨੂੰ ਤੁਹਾਡੇ ਤੱਕ ਪਹੁੰਚਦਾ ਕਰੀਏ। ਅਤੇ ਤੁਸੀਂ ਨੰਬਰ ਨੋਟ ਕਰ ਲਓ ਬਾਈ ਜੀ, 7651001984 7651001984 ਇਹ ਆਪਣਾ ਨੰਬਰ ਆ ਜੀ। ਜਮਸ਼ੀਰ ਤੋਂ ਹੀ ਬੋਲਦੇ ਹਾਂ, ਤੁਹਾਡੇ ਨਾਲ ਕੰਟੈਕਟ ਕੀਤਾ ਸੀ, ਤੁਸੀਂ ਕਿਹਾ ਸੀ ਕਿ ਵੀਡੀਓ ਬਣਾ ਕੇ ਭੇਜ ਦਿਓ ਆਹ ਹਾਲਾਤ ਆ ਜੀ। ਅਤੇ ਬਾਈ ਇਹ ਬਜ਼ੁਰਗ ਜਿਹੜੇ ਉੱਠ ਵੀ ਨਹੀਂ ਸਕਦੇ, ਉੱਪਰ ਹੀ ਜਿਹੜਾ ਮਲ ਮੂਤਰ ਕਰਦੇ ਪਏ ਆ, ਬਹੁਤ ਬਦਬੂ ਆ ਰਹੀ ਆ, ਅਤੇ ਇੱਦਾਂ ਦੇ ਹਾਲਾਤ ਆ। ਗਰਮੀ ਦੇਖੋ ਕਿੰਨੀ ਆ, ਤਾਂ ਕੋਈ ਪੱਖਾ ਜਾਂ ਲਾਈਟ ਨਹੀਂ ਹੈਗੀ, ਅਤੇ ਬਿਲਕੁਲ ਬੁਰੇ ਹਾਲਾਤ ਆ। ਹਾਂਜੀ ਹਾਂਜੀ ਬਜ਼ੁਰਗ, ਹਾਂਜੀ ਹਾਂਜੀ ਕੋਈ ਨਹੀਂ। ਤੇ ਆਹ ਜਿਹੜੇ ਭਾਈ ਸਾਹਿਬ ਆ, ਇਹ ਇਹਨਾਂ ਦੀ ਸੇਵਾ ਸੰਭਾਲ ਮਾੜੀ ਮੋਟੀ ਕਰਦੇ ਆ। ਕੀ ਨਾਂ ਅਸ਼ੀ ਭਾਜੀ ਆ ਇਹ? ਭਾਜੀ ਬਿਲਕੁਲ ਨਹੀਂ ਚੱਲ ਫਿਰ ਸਕਦੇ, ਬਹੁਤ ਔਖਾ ਹੈ ਨਾ। ਮੈਂ ਬੇਨਤੀ ਕਰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਵੀਰ ਮਿੰਟੂ ਤੱਕ ਪਹੁੰਚਾ ਦਿਓ। ਇੰਨੇ ਬੁਰੇ ਹਾਲ ਆ ਕਿ ਅਸੀਂ ਇੱਥੇ ਖੜ੍ਹੇ ਬਹੁਤ ਹੋਣਾ ਔਖਾ। ਕਿਉਂ ਭਾਜੀ? ਨਾਲ ਮੇਰੇ ਬਾਲੀ ਭਾਜੀ ਆ, ਇਹ ਬੱਚੇ ਇਸ ਗਲੀ ਦੇ ਆ, ਅਤੇ ਨਾਲ ਆਏ ਆ ਵੀਡੀਓ ਬਣਾਉਣ ਕਰਕੇ। ਇਹਨਾਂ ਸਾਰਿਆਂ ਨੇ ਕਿਹਾ ਕਿ ਆਪਾਂ ਬਜ਼ੁਰਗਾਂ ਦੀ ਵੀਡੀਓ ਬਣਾ ਕੇ ਭੇਜਣੀ ਆ, ਕਿ ਇਹਨਾਂ ਦਾ ਹੱਲ ਹੋ ਸਕੇ, ਇਹਨਾਂ ਦੀ ਜਿਹੜੀ ਰਹਿੰਦੀ ਜ਼ਿੰਦਗੀ ਆ ਉਹ ਚੰਗੀ ਬਤੀਤ ਹੋ ਸਕੇ। ਕਿਉਂ ਭਾਜੀ? ਅਤੇ ਬੇਨਤੀ ਆ ਜੀ, ਬਹੁਤ ਜ਼ਿਆਦਾ ਬੁਰਾ ਹਾਲ ਆ, ਅਸੀਂ ਇੱਕ ਮਿੰਟ ਨਹੀਂ, 8 ਮਹੀਨੇ ਹੋ ਗਏ ਕਹਿੰਦਾ ਮੈਨੂੰ, ਲੈ ਕੇ ਦੇ ਜਾਓ ਕਹਿੰਦਾ। ਮੈਨੂੰ 8 ਮਹੀਨੇ ਹੋ ਗਏ ਆ ਮੰਜੇ ਤੇ ਹੀ ਪਿਆ। ਵਾਹਿਗੁਰੂ ਬਾਬੂ, ਕੋਈ ਨੀ, ਇੱਕ ਤਾਂ ਦਿਨ ਚ ਆਪਾਂ ਉੱਥੇ ਤੈਨੂੰ ਲਿਆਉਣ ਲੈ ਜਾਣਾ, ਸਭ ਕੁਛ ਸਹੀ ਹੋ ਜਾਣਾ। ਕੋਈ ਨੀ, ਨਹੀਂ ਮੇਰੇ ਕੋਲ ਨਹੀਂ, ਉੱਠਣ ਨਹੀਂ ਹੁੰਦਾ। ਕੋਈ ਨੀ ਬਾਪੂ ਜੀ, ਕੋਈ ਨੀ, ਆਪਾਂ ਕਰ ਲੈਂਦੇ, ਕੋਈ ਨੀ, ਹੋ ਜੂਗਾ। ਮੇਰੀਆਂ ਲੱਤਾਂ ਤੌਰਦੀਆਂ ਨੇਗੀਆਂ। ਪਾਣੀ ਪੀਣਾ ਲੈ ਕੇ ਦੇਵਾਂ? ਬਿਲਕੁਲ, ਜਿੱਦਾਂ ਬੋਡੀ ਵੀ ਦੇਖੋ, ਜ਼ਿਆਦਾ ਲੱਤਾਂ ਆ, ਬਿਲਕੁਲ ਕਾਨੇ ਵਰਗੀਆਂ ਹੋਈਆਂ ਪਈਆਂ, ਹੱਡੀਆਂ ਨਿਕਲੀਆਂ ਹੋਈਆਂ ਆ, ਤੇ ਕਮਜ਼ੋਰੀ ਇੰਨੀ ਆ ਕਿਉਂਕਿ ਰੋਟੀ ਦੇਣ ਵਾਲਾ ਕੋਈ ਹੈ ਨਹੀਂ। ਆਂਢ ਗੁਆਂਢ ਜੇ ਕੋਈ ਰੋਟੀ ਦੇਣ ਆਉਂਦਾ ਵੀ ਬਾਪੂ ਨੂੰ, ਤਾਂ ਮੂਹਰੇ ਕਈ ਵਾਰੀ ਮੂਡ ਜਿੱਦਾਂ ਦਾ ਹੁੰਦਾ, ਗਾਲਾਂ ਕੱਢਣ ਲੱਗ ਪੈਂਦੇ ਆ। ਹਾਂਜੀ ਹਾਂਜੀ ਬਾਪੂ ਜੀ, ਆਹ ਅੱਛੀ ਭਾਜੀ ਆ, ਜਿਹੜੇ ਰੋਟੀ ਇਹਨਾਂ ਦੀ ਲੈ ਕੇ ਆਉਂਦੇ, ਇਹਨਾਂ ਦੀ ਜਿੰਨੀ ਸੇਵਾ ਸੰਭਾਲ ਹੋ ਸਕਦੀ ਵੱਧ ਤੋਂ ਵੱਧ ਕਰਦੇ ਆ ਬਾਈ ਹੁਣੀ, ਅਤੇ ਬਾਈ ਦਾ ਵੀ ਬਹੁਤ ਬਹੁਤ ਧੰਨਵਾਦ ਆ। ਤੇ ਬੇਨਤੀ ਫੇਰ ਆ, ਵੱਧ ਤੋਂ ਵੱਧ ਸ਼ੇਅਰ ਕਰਿਓ ਮਿੰਟੂ ਬਾਈ ਦੇ। ਇਹ ਵਿਚਾਰਾ ਰੋਟੀ ਤੇ ਮਾਜੀ ਮੂਰਤੀ ਦੇ ਜਾਂਦਾ, ਇਹ ਦੇ ਕੇ ਜਾਂਦਾ। ਅੱਛੀ ਹਾਂਜੀ, ਅੱਛਾ ਜੀ, ਚਾਹ ਪਾਣੀ ਵੀ ਦੇ, ਮੈਨੂੰ ਪਾਣੀ ਵੀ ਦੇ ਜਾਂਦਾ, ਚਾਹ ਪਾਣੀ ਪਾਣੀ ਭਰ ਕੇ। ਬਾਪੂ ਜੀ ਨਾਂ ਕੀ ਆਪਣਾ? ਫਿਰੋਜ਼ਦੀਨ। ਫਿਰੋਜ਼ਦੀਨ ਹੈ ਨਾ, ਤੇ ਜਿਹੜੇ ਪਿੰਡ ਵਾਲੇ ਜਾਣਦੇ, ਦੇਖੋ ਇਹ ਆਪਣੇ ਪਿੰਡ ਦੇ ਹਾਲਾਤ ਹੈ ਜਮਸ਼ੀਰ ਦੇ। ਆ ਇੱਕ ਕਮਰੇ ਆ, 8 ਮਹੀਨੇ ਹੋ ਗਏ ਮੰਜੇ ਤੇ ਪਏ ਨੂੰ। ਹੁਣ ਪਾਣੀ ਪੀਣਾ ਲਿਆ ਕੇ ਦਵਾਂ? ਤੇ
ਪਾਣੀ ਪਾਈ ਲਿਆ ਦੇ ਪਹਿਲਾਂ ਤੇ 8 ਮਹੀਨੇ ਬਾਪੂ ਦੱਸਦਾ ਹੋ ਗਏ ਆ ਮੰਜੇ ਤੇ ਪਏ ਨੂੰ ਤੇ ਸਾਡੇ ਪਿੰਡ ਵਾਲੇ ਦੀ ਵੱਡੀ ਨੇ ਲੈ ਕੇ ਆ ਸਾਨੂੰ ਇਹਦਾ ਪਤਾ ਹੀ ਨਹੀਂ ਗਾ ਅੱਜ ਮੈਨੂੰ ਪਤਾ ਲੱਗਾ ਆ ਮੇਰੇ ਤੱਕ ਗੱਲ ਪਹੁੰਚੀ ਆ ਤਾਂ ਆਪਾਂ ਨਾਲ ਬਾਲੀ ਭਾਜੀ ਆਇਆ ਆ ਤੇ ਇੱਥੋਂ ਆਪਣੇ ਰਾਜਨ ਭਾਜੀ ਰਾਜਨ ਹੈ ਨਾ ਭਾਜੀ ਭਾਂਡਿਆਂ ਵਾਲੇ ਰਮਨ ਭਾਜੀ ਰਮਨ ਭਾਜੀ ਨੇ ਪਹੁੰਚ ਕੀਤੀ ਆ ਪਾਸੇ ਤੋਂ ਕਿ ਆਪਾਂ ਇਸ ਬਾਪੂ ਲਈ ਕੁਛ ਕਰੀਏ ਇਹਨੂੰ ਕਿਸੇ ਸੰਸਥਾ ਕੋਲ ਭੇਜੀਏ ਜਿੱਥੇ ਦੀ ਸੇਵਾ ਹੋ ਸਕੇ ਤੇ ਬਹੁਤ ਬੁਰੇ ਹਾਲ ਆ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਆ ਦੇਖੋ ਆਹ ਹਾਲਾਤ ਆ ਕੋਈ ਕੋਈ ਸਾਫ਼ ਸਫਾਈ ਕਰਨ ਵਾਲਾ ਹੈ ਨੀਗਾ ਨਾਲ ਉਹ ਭਾਂਡੇ ਟਿੰਡੇ ਕਦੀ ਇੱਥੇ ਰੋਟੀ ਪੱਕਦੀ ਸੀ ਬਹੁਤ ਵਧੀਆ ਕਿਉਂ ਭਾਜੀ ਤੇ ਆਹ ਚੁੱਲ੍ਹੇ ਤੇ ਜਦੋਂ ਬਾਪੂ ਤੁਰਦਾ ਫਿਰਦਾ ਸੀ ਆਹ ਦੇਖੋ ਇੱਥੇ ਚੁੱਲ੍ਹਾ ਸੀਗਾ ਤੇ ਬਿਜਲੀ ਦਾ ਬਿੱਲ ਨਹੀਂ ਤਾਰਿਆ ਬਿਜਲੀ ਵੀ ਕੱਟੀ ਗਈ ਪੁਰਾਣੇ ਮੇਨ ਸੁੱਚ ਵਗੈਰਾ ਲੱਗੇ ਹੋਏ ਆ ਤੇ ਇੱਥੇ ਅੰਦਰ ਚੁੱਲ੍ਹਾ ਬਣਾ ਕੇ ਰੋਟੀ ਪਕਾਉਂਦਾ ਰਿਹਾ ਹੁਣ ਜਿੰਨੇ ਚਿਰ ਲੁੱਤਾਂ ਚੱਲਦੀਆਂ ਰਹੀਆਂ ਆ ਕੋਈ ਨੀ ਬਾਪੂ ਬਸ ਮੈਨੂੰ ਇੱਕ ਤਾਂ ਦਿਨ ਦੇ ਆਪਾਂ ਹੋ ਜਾਂਦਾ ਦੇ ਭਾਜੀ ਪਾਣੀ ਹੈ ਨਾ 8 ਮਹੀਨੇ ਹੋ ਗਏ ਬਾਬਾ ਜੀ ਬਾਪੂ ਮਾਫੀ ਚਾਹੁੰਦੇ ਆ ਬਈ 8 ਮਹੀਨੇ ਸਾਨੂੰ ਨਹੀਂ ਪਤਾ ਲੱਗਾ ਬਸ ਇੱਕ ਅੱਧਾ ਦਿਨ ਦੇ ਆਪਾਂ ਅੱਜ ਹੀ ਗੱਲ ਕਰਦੇ ਆ ਵੀਡੀਓ ਉਹਨਾਂ ਨੂੰ ਭੇਜਦੇ ਆ ਮਿੰਟੂ ਭਾਜੀ ਉਹਨਾਂ ਨੂੰ ਤੇ ਆਪਾਂ ਤੈਨੂੰ ਛੱਡ ਕੇ ਆਉਨੇ ਆ ਉੱਥੇ ਲੁਧਿਆਣੇ ਮੈਨੂੰ ਕਿਤੇ ਮੇਰੀ ਸੇਵਾ ਕਰਦੇ ਨਹੀਂ ਬਾਪੂ ਹੋ ਜੂ ਕੋਈ ਨੀ ਤੇ ਅੱਛੀ ਭਾਈ ਜਿਹੜਾ ਸੇਵਾ ਕਰਦਾ ਮੇਰਾ ਕੋਈ ਹੈ ਨਹੀਂ ਕੋਈ ਨੀ ਕੋਈ ਨੀ ਰੱਬ ਹੈਗਾ ਤੇਰਾ ਕੋਈ ਨੀ ਸਾਨੂੰ ਪਤਾ ਨੀ ਲੱਗਾ ਬਾਪੂ ਕੋਈ ਗੱਲ ਨੀ ਹੈਨਾ ਹਾਂਜੀ ਤੇ ਪਰਮਾਤਮਾ ਹੈਗਾ ਆ ਕੋਈ ਨੀ ਬੇਨਤੀ ਆ ਬਾਈ ਜਿਹਦੇ ਕਿਸੇ ਲਿੰਕ 'ਚ ਹੈਗੇ ਆ ਵੱਧ ਤੋਂ ਵੱਧ ਸ਼ੇਅਰ ਕਰਕੇ ਇਹਨੂੰ ਬਾਈ ਮਿੰਟੂ ਤੱਕ ਪਹੁੰਚਾ ਦਿਓ ਤੇ ਨੰਬਰ ਮੈਂ ਫੇਰ ਬੋਲ ਦਿੰਦਾ ਆ ਕੰਟੈਕਟ ਕਰ ਲਈਓ ਮੈਨੂੰ ਦੁਬਾਈ ਲੈ ਦਿਓ ਹਾਂਜੀ ਬਾਪੂ ਜੀ ਜ਼ਰੂਰ ਜ਼ਰੂਰ ਸਾਰਾ ਕੁਛ ਹੋ ਜੂਗਾ 76 51 00 1984 ਜਮਸ਼ੇਦ ਨਗਰ ਤੋਂ ਆਪਾਂ ਬੋਲਦੇ ਹਾਂ ਤੇ ਬਾਈ ਜੀ ਇੱਕ ਬੇਨਤੀ ਆ ਨਹੀਂ ਕੋਈ ਨੀ ਬਾਪੂ ਹੈਗਾ ਨੰਬਰ ਆਪਾਂ ਕੋਈ ਨੀ ਮਿੰਟੂ ਭਾ ਆਊਗਾ ਆਪਾਂ ਉੱਥੇ ਭੇਜ ਦੇ ਤੈਨੂੰ ਕੋਈ ਗੱਲ ਨਹੀਂ ਤੇ ਇਹੋ ਜਿਹੀ ਗੱਲਬਾਤ ਆ ਜੀ ਤੇ ਇਹ ਨਗਰ ਜਮਸ਼ੇਦ 'ਚ ਆ ਦੇਖੋ ਪੁਰਾਣੀਆਂ ਗਲੀਆਂ ਇਸ ਤੋਂ ਅਗਾਂਹ ਕੋਈ ਘਰ ਨਹੀਂ ਹੈਗਾ ਹਾਂ ਏਰੀਆ ਆ ਇੱਥੇ ਆਪਾਂ ਖੜ੍ਹੇ ਹਾਂ ਅਤੇ ਬਾਈ ਜੀ ਇੰਨੀ ਕੁ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰਕੇ ਮਿੰਟੂ ਬਾਈ ਤੱਕ ਜ਼ਰੂਰ ਪਹੁੰਚਾ ਦਿਓ ਤਾਂ ਕਿ ਇੱਕ ਅੱਧੇ ਦਿਨ ਦੇ ਵਿੱਚ ਬਾਪੂ ਨੂੰ ਆਪਾਂ ਉਹਨਾਂ ਨਾਲ ਗੱਲ ਕਰਕੇ ਜੋ ਵੀ ਉਹਨਾਂ ਸੰਸਥਾ ਦੇ ਨਿਯਮ ਬਣੇ ਹੋਏ ਆ ਉਹਨਾਂ ਤਹਿਤ ਉਹ ਤਹਿਕੀਕਾਤ ਕਰ ਲੈਣ ਨੰਬਰ ਆਪਾਂ ਬੋਲ ਦਿੱਤਾ ਆ ਸਕਰੀਨ 'ਤੇ ਵੀ ਚੱਲਦਾ ਪਿਆ ਆ ਜੇ ਮਿੰਟੂ ਬਾਈ ਤੁਹਾਡੀ ਸੰਸਥਾ ਤੱਕ ਇਹ ਵੀਡੀਓ ਪਹੁੰਚਦੀ ਆ ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਮੇਰੇ ਨਾਲ ਕੰਟੈਕਟ ਕਰ ਲਈਓ ਜਦੋਂ ਤੁਸੀਂ ਆਉਣਾ ਹੋਇਆ ਅਸੀਂ ਹਾਜ਼ਰ ਹੋਵਾਂਗੇ ਜੇ ਤੁਸੀਂ ਕਹੋਗੇ ਅਸੀਂ ਗੱਡੀ ਲੈ ਕੇ ਤੁਹਾਡੇ ਤੱਕ ਪਹੁੰਚ ਕਰ ਲਈਏ ਅਸੀਂ ਇਸ ਬਾਪੂ ਨੂੰ ਵੀ ਤੁਹਾਡੇ ਤੱਕ ਲੈ ਆਵਾਂਗੇ ਪਲੀਜ਼ ਕੰਟੈਕਟ ਕਰ ਲਿਓ ਕਿ ਤੁਸੀਂ ਸਾਨੂੰ ਪਤਾ ਬਹੁਤ ਬਿਜ਼ੀ ਹੁੰਦੇ ਬਾਈ ਜੀ ਕਿ ਤੁਹਾਡੀ ਰੋਜ਼ ਦੀ ਬਹੁਤ ਜਗ੍ਹਾ ਜਾਣਾ ਆਉਣਾ ਹੁੰਦਾ ਆ ਬਹੁਤ ਇੱਦਾਂ ਦੇ ਜੀ ਜਿਹੜੇ ਮਿਲਦੇ ਆ ਰੱਬ ਦੇ ਪਿਆਰੇ ਜਿਹਨਾਂ ਦਾ ਕੋਈ ਨਹੀਂ ਹੈਗਾ ਤੁਸੀਂ ਉਹਨੂੰ ਸਾਂਭਦੇ ਆ ਅਤੇ ਬਾਈ ਜਲਦੀ ਜਲਦੀ ਕੰਟੈਕਟ ਕਰਿਓ ਜਿੱਦਾਂ ਤੁਸੀਂ ਕਹੋਗੇ ਆਪਾਂ ਕਰ ਲਵਾਂਗੇ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।